ਟਰੈਵਲ ਕਰੇ ਨਾ ਥੋੜ੍ਹੀਆਂ ਚੀਜ਼ਾਂ ਹੁੰਦੀਆਂ ਖਾਣ ਦੇ ਕੇ ਤੱਕ ਬੁੱਕ ਸ਼ੁੱਕ ਲੱਗੇ ਨਾ ਤੁਹਾਡਾ ਨਿਜ਼ਾਮ ਹੋਏ ਡਿੱਗ ਦੇ ਇਹਦੇ ਵਿਟਾਮਿਨ ਵਗੈਰਾ ਪਾਣੀ ਹੈ ਬਿਸਕੁਟ ਇਹ ਵਾਲਾ ਇੱਕ ਉਹ ਬੜਿਆ ਵਾ ਜਿਵੇਂ ਘਰ ਦੇ ਉੱਤੇ ਛੱਤ ਹੁੰਦੀ ਨਾ ਇਹਦਾ ਰੂਫ ਹੈ ਟੋਪ ਪਲੇਸ ਤੇ ਮੈਂ ਅੱਛਾ ਯਾਰ ਮੱਛਾਂ ਢੇਰ ਮਰਿਆ ਪੈਣ ਹੀ ਲੈ ਚਿਹਰੇ ਦੇਖੋ ਇੱਕ ਇਹ ਪਈ ਹੈ ਵੀ ਇਹ ਤੇ ਵੀ ਉਹ ਸਾਹਮਣੇ ਲਿਖਿਆ ਨਾ ਤਾਂ ਅੱਛਾ ਇੱਥੇ ਪਿਕਨਿਕ ਵੀ ਥੀਂਦੀ ਫਿਰ ਇੱਕ ਦੇ ਬੋਣਾ ਇਹ ਪੁਆਇੰਟ ਨੰਬਰ 5 ਇਹ ਸਾਹਮਣੇ ਜਿਹੜੇ ਮਾਸੀ ਤੋਂ ਲਿਖਿਆ ਪਰ ਇਹਨੇ ਬਾਕੀ ਮੇਰੇ ਬੈਕ ਸੀਟ ਤੋਂ ਡੇਦੇ ਪਏ ਕਿਤਨੀ ਸੋਹਣਾ ਟਾਵਰ ਇਹ ਹੋਈਆਂ ਚੀਜ਼ਾਂ ਹੁੰਦੇ ਜੰਗਲ ਦੇ ਵਿੱਚ ਸਭ ਤੋਂ ਪਹਿਲੇ ਹੀ ਦਾ ਡੋਰ ਹੈ ਇਹ ਵਾਲਾ ਅਸਲਾਮ ਅਲੈਕੁਮ ਮੇਰੇ ਸਰੈਕੀ ਭਰਾਓ ਵਸਦੇ ਦੇ ਹਸਦੇ ਰਹੋ ਪਿੱਛੋਂ ਜਿਹੜਾ ਮਾਹੌਲ ਡੇਦੇ ਪਏ ਅੱਜ ਮੈਂ ਆਇਆ ਕਿਲ੍ਹਾ ਹੈ ਪੁਰਾਣੇ ਜ਼ਮਾਨੇ ਦਾ ਹੀ ਕੋ ਐਕਸਪਲੋਰ ਕਰਨ ਜਿਵੇਂ ਕਿ ਡਿੱਗਦੇ ਪਏ ਉਸ ਸੀਨ ਸਾਰੇ ਹਾਂ ਇਹਦੇ ਉੱਤੇ ਵੀ ਜੁਲਦੂ ਹੁੰਦੇ ਬਾਅਦ ਤੱਕ ਮੈਂ ਇੱਥੋਂ ਦੇ ਵੀ ਸੀਨ ਦਿਖ ਲਏ ਸਾਂ ਡਿੱਗਦੇ ਪਏ ਉਤਲੇ ਹਿੰਦੇ ਬਾਅਦ ਬਾਕੀ ਮੱਚ ਮੋਰ ਚੀਜ਼ਾਂ ਨੂੰ ਉਹ ਵੀ ਐਕਸਪਲੋਰ ਕਰੇ ਸੋ ਇੱਥਾਂ ਜਿਹੜੇ ਕਿਲ੍ਹੇ ਨਾ ਇਹੋ ਜਿਹੇ ਪੁਰਾਣੇ ਇਹਨ ਪੈ ਸਮਝ ਆਈਏ ਵੇ ਇਹ ਜੰਗਲ ਜੰਗਲ ਵੇ ਮੈਕਸੀਮਮ ਮੇਰੇ ਕੋਲ ਇੱਕ ਘੰਟਾ ਲੱਗ ਗਿਆ ਬੱਸ ਦੇ ਉੱਤੇ ਨਾ ਆਉਂਦੇ ਹੁੰਦੇ ਦੋ ਬੱਸਾਂ ਚੇਂਜ ਕੀਤੀਆਂ ਥੋੜ੍ਹੇ ਜਿਹਾ ਟੁਰਿਆ ਅਤੇ ਪਹਿਲੇ ਪਹਿਲੇ ਤੋਂ ਬਾਹਰ ਲਿਖ ਲੈਣਾ ਇਹਦੇ ਇਹ ਹਿੰਦੇ ਸੀੜੀਆਂ ਬੜੀਆਂ ਪੈਣ ਇੱਥੋਂ ਕਿਨੇ ਵੇਸ ਉਤਲੇ ਠੀਕ ਹੈ ਵਾਕ ਕਰਦੇ ਉੱਥਾਂ ਵੇਸ ਹੋਣ ਦੇ ਬਾਅਦ ਇਹ ਹਿੰਦੇ ਵਿਊ ਐਨ ਹੌਣ ਜੁਲਦ ਉੱਤੇ ਉੱਤੇ ਜੁਲਦ ਮੈਂ ਤੁਹਾਨੂੰ ਲਿਖ ਲੈਂਦਾ ਉੱਤੋਂ ਦੇ ਜਿਹੜੇ ਸੀਨ ਹੈ ਤੁਹਾਨੂੰ ਆਉਣ ਵਾਲਾ ਮਜ਼ਾ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਫੋਲੋ ਸਬਸਕ੍ਰਾਈਬ ਅਤੇ ਸ਼ੇਅਰ ਦੇ ਨਾਲ ਕੀਤੀ ਰਹਿ ਗਿਆ ਯੂਟਿਊਬ ਚੈਨਲ ਹੀ ਫੋਲੋ ਕਰ ਗਿਨੋ ਤਾਂ ਕਿ ਤੁਹਾਨੂੰ ਇਹੋ ਜਿਹਾ ਵੀਡੀਓ ਮਿਲਦੇ ਰਹੇ ਮੈਨੂੰ ਜੁਲਦੇ ਵੀ ਉੱਤੇ ਕਿਉਂਕਿ ਮਾਸੀਆਂ ਜਿਹੜੀਆਂ ਨੇ ਹਨ ਉੱਤੇ ਇਹਨਾਂ ਦੀ ਖਾਤਰ ਮੈਂ ਖੜਾ ਤਾਂ ਕਿ ਤੁਹਾਨੂੰ ਮੈਂ ਮਾਹੌਲ ਨੇ ਨਾ ਜਿਹੜਾ ਪੂਰਾ ਦਿਸੇ ਹੀ ਵਾਸਤੇ ਦੇਖਦੇ ਇਹ ਵੀ ਜੰਗਲ ਦੇ ਵਿੱਚ ਆਇਆ ਤੈਨੂੰ ਚੰਗਾ ਨਹੀਂ ਲੱਗਦਾ ਮੈਂ ਕਿਹਾ ਮਾਸੀਆਂ ਉੱਤੇ ਹੁੰਦੇ ਮੈਂ ਹੀ ਬਣਿਆ ਇਹ ਹਿੰਦਾ ਰੋਸ਼ਨ ਦਾਨ ਹੈ ਅਤੇ ਉੱਤੇ ਜੁਲਦ ਮਜ਼ੀਦ ਹਿੰਦੇ ਉੱਤੇ ਕਿਆ ਕਿਆ ਚੀਜ਼ਾਂ ਤਾਂ ਮੈਂ ਦਿਖ ਲੈਂਦਾ ਸੀਕਰੇਟ ਪਲੇਸ ਇਹੋ ਜਿਹਾ ਹੁੰਦੀ ਹੈ ਵੀ ਅੱਛਾ ਇੱਥਾਂ ਇਹ ਬਾਹਰ ਲੈਂਦਾ ਗਰਾਊਂਡ ਵੀ ਇਹ ਪੇ ਘਰ ਸ਼ਰ ਬੜੇ ਹੋਏ ਮੇਰੇ ਗੱਲ ਇਹਦੇ ਚਰਚ ਵੀ ਹਨ ਸੀੜੀਆਂ ਬਣੀਆਂ ਉਹ ਵੀ ਆਪਣੇ ਸਿਰ ਬੰਦਾ ਇੱਕ ਟੱਪ ਸਕਦੇ ਦੂਜਾ ਨਹੀਂ ਆ ਸਕਦਾ ਹੀ ਵਾਸਤੇ ਮੈਂ ਖੜਾ ਚੰਗਾ ਕੀਤਾ ਵਾ ਇਹਦਾ ਦਰਵਾਜ਼ਾ ਕੀਤਾ ਇਹਦੇ ਵਿੱਚ ਪਾਉਣ ਦੀ ਜਾ ਕੇ ਨਹੀਂ ਅੱਛਾ ਇਹ ਵੀ ਬੰਦੇ ਦਰਵਾਜ਼ਾ ਮੈਂ ਕਿਹਾ ਖੁੱਲਿਆ ਪਿਆ ਉਹ ਸੀ ਹਾਂ ਉੱਤੇ ਜੁਲਦੋ ਉੱਤੇ ਜੁਲਦੋ ਲਿਖੇਂਦਾ ਤਾਂ ਉੱਤੇ ਜਿਹੜਾ ਜਿਹੜਾ ਸੀਨ ਹੈ ਅੱਲਾਹ ਅਕਬਰ ਇਹਦੇ ਅੱਛਾ ਉੱਤੇ ਹੈ ਨਾ ਇਹ ਵਾਲਾ ਇੱਕ ਉਹ ਬੜਿਆ ਵਾ ਜਿਵੇਂ ਘਰ ਦੇ ਉੱਤੇ ਛੱਤ ਹੁੰਦੀ ਨਾ ਇਹਦਾ ਰੂਫ ਹੈ ਟੋਪ ਪਲੇਸ 'ਤੇ ਮੈਂ ਆ ਗਿਆ ਕੋਈ ਵੱਧਾ ਨਾ ਹੋਵੇ ਜਿੰਨ ਭਲਾ ਹਾਂ ਅੱਛਾ ਇਹ ਡਿੱਗਦੇ ਬਹੁਤ ਸੋਨਾ ਇੱਥੋਂ ਕਹਿੰਦੇ ਸਾਰੇ ਮੇਰੇ ਪਿੱਛੋਂ ਜਿਹੜੇ ਡਿੱਗਦੇ ਬਹੁਤ ਘਰ ਇਹ ਸਾਰੇ ਤੋਂ ਦਿਸਦੇ ਬਹੁਤ ਸਨ ਚਾਰੋਂ ਤਰਫ ਤਾਂ ਕੋਈ ਇੱਥੋਂ ਵੀ ਮੇਰੀ ਖਿਲਾੜੇ ਨਾ ਤਾਂ ਸਾਹਮਣੇ ਅੱਛਾ ਹੈ ਇਹੋ ਕੁਝ ਉੱਤੇ ਵਿਆਹ ਕਸ਼ਾ ਕਹਿੰਦਾ ਭਲਾ ਇੱਥੋਂ ਵਾਲਾ ਪੁੱਛੀ ਥੱਲੇ ਹੁਣ ਹਿੰਦੀ ਜਿਹੜੀ ਨਾ ਦੇਖੋ ਉੱਚਾਈ ਕਿਤਨੇ ਹਾਂ ਹੁਣ ਲੁੱਲਦੀ ਸੀ ਸਾਹਮਣੇ ਹੀ ਹੀ ਪਲੇਸ ਦੇ ਉੱਤੇ ਬਾਕੀ ਜੰਗਲ ਜੰਗਲ ਸਾਹਿਬ ਦੇਖ ਸਕਦੇ ਹੋ ਬਿਰਾਦਰ ਕੀਤਾ ਵਧਿਆ ਸਾਹਮਣੇ ਥੱਲੇ ਜੁਲਦੋ ਬਾਕੀ ਜਿਹੜੇ ਚੀਜ਼ਾਂ ਨੇ ਉਹ ਵੀ ਐਕਸਪਲੋਰ ਕਰੇ ਨੂੰ ਅੱਛਾ ਉਹ ਥੱਲੇ ਫਿਰ ਜੁਲਦੋ ਹੁਣ ਥੱਲੇ ਡੁੱਲ ਤੇ ਨਾ ਬਾਕੀ ਜਿਹੜੇ ਸੀਨ ਹੈ ਚੈੱਕ ਕਰਵੇ ਨੂੰ ਤਾਕੂ ਅੱਛਾ ਯਾਰ ਚਿਕਨ ਚੈੱਕ ਕਰੋ ਹਾਂ ਇਹ ਦੇਖੋ ਇਹ ਕੀ ਰਹਿਣ ਦੇਸੀ ਹੈ ਨਾ ਕੀ ਰਹਿਣ ਪਕ ਪਕ ਪਲਕ 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 ਅੱਛਾ ਵਲੌਗਿੰਗ ਤਾਂ ਜਿਵੇਂ ਤੋਂ ਪਤਾ ਬਿਰਾਦਰ ਗੁਜ਼ਰਾ ਸ਼ੌਕ ਜੋ ਪੈਦਾ ਹੋ ਪਤਾ ਸ਼ੌਕ ਦਾ ਕੋਈ ਮੁੱਲ ਕਹਿ ਨਹੀਂ ਮਤਲਬ ਤਕਰੀਬਨ ਬਿਰਾਦਰ ਕੋਈ ਸ਼ੌਕ ਲੱਗੇ ਨਾ ਅਤੇ ਹੁੰਦੇ ਪਿੱਛੋਂ ਪੈ ਪੈਂਦੇ ਜਿਵੇਂ ਉਹਦੇ ਨੇ ਹੱਥ ਧੋ ਅਤੇ ਬੰਦਾ ਪਿੱਛੋਂ ਪੈ ਪੈਂਦਾ ਨਾ ਅਸੀਂ ਵਾਸਤੇ ਇਹ ਰਸਤੇ ਹੁਣ ਲੁਲੂ ਅਸਾਂ ਇੱਥੋਂ ਕਿਉਂਕਿ ਇੱਥੋਂ ਕਹਿੰਦੇ ਇਹਨ ਸੀੜੀਆਂ ਹੀ ਦੇ ਤੋਂ ਲਾਹਣ ਥੋੜ੍ਹਾ ਜਿਹਾ ਈਜ਼ੀ ਤੀ ਸੀੜੀਆਂ ਤੋਂ ਲੈ ਜੁਲਦੂ ਜੇ ਮਾਸੀਆਂ ਡੇਕਦੇ ਉਹ ਸਾਹਮਣੇ ਤਸਵੀਰਾਂ ਬਣਾਉਂਦੇ ਬੈਠੇ ਇਹ ਦੇਖੋ ਹਾਂ ਅੱਛਾ ਇਹ ਵਾਲੇ ਨਾ ਕਾਠੀ ਦੇ ਫੱਟ ਲੱਗੇ ਹੋਣ ਡਿੱਗਦੇ ਪਏ ਮੈਂ ਤਾਂ ਇੱਥਾਂ ਥੋੜ੍ਹਾ ਜਿਹਾ ਇੱਡੇ ਹੇ ਅਤੇ ਮੁਸ਼ਕਿਲ ਬਣਿਆ ਲੇਕਿਨ ਖੈਰ ਅੱਛਾ ਇਹ ਰੇੜੇ ਗੁਹੀ ਦੇ ਵਿੱਚ ਵੀ ਮੂਹਰਾ ਤਾਂ ਇਹ ਸਾਹਮਣੇ ਨਾ ਉਹ ਕਿਲ੍ਹਾ ਜਿਹਨੇ ਉਤਮਾਉਣ ਲਹੇ ਆ ਹੁਣ ਲੁਲੂ ਇਹ ਸਾਹਮਣੇ ਹੀ ਦੇ ਤਲੇ ਇੱਥੋਂ ਕਿ ਨਹੀਂ ਜੁਲਦੂ ਸੀੜੀਆਂ ਤੋਂ ਜੁਲਦੂ ਪੇਰ ਗਿਆ ਤਿਲੇ ਕੇ ਅੱਛਾ ਇਹ ਹਾਲੇ ਉਹ ਸੀੜੀਆਂ ਨਾ ਸਾਹਮਣੇ ਹੁਣ ਤਲੇ ਜੁਲਦੇ ਪਏ ਮਾਸੀ ਕੁੱਤਾ ਹੀ ਛਿੱਕੇ ਅੱਛਾ ਇੱਥੋਂ ਕਹਿੰਦੇ ਮੈਂ ਤਲੋ ਆਇਆ ਜੀ ਤਾਂ ਮਾਸੀਆਂ ਡੁੱਬਦੇ ਨੇ ਕੁੱਤਾ ਛਿੱਕੀ ਦੇ ਇਹਦੇ ਬਾਅਦ ਹੀ ਨਾ ਸਾਹਮਣੇ ਦਾ ਹੁਣ ਵਿਊ ਦੇਖੋ ਇੱਥੋਂ ਕਹਿੰਦੇ ਤੁਹਾਨੂੰ ਦਿਸਦਾ ਪਿਆ ਉਸ ਸਾਹਮਣੇ ਆ
ਹੁਣ ਜਿੱਦਾਂ ਅੰਦਰੋਂ ਅੰਦਰੋਂ ਤਾਂ ਉਡੀਖੇ ਨਾ ਜਿਹੜੇ ਹਿੰਦੇ ਜੇ ਮੂਰਤੀ ਹੈ ਵਗੈਰਾ ਹੈ ਨਾ ਇਹ ਹਿੰਨੇ ਦੇ ਟੈਂਪਲ ਯਾਨੀ ਪੁਰਾਣੇ ਜ਼ਮਾਨੇ ਨੇ ਨਾ ਜਿਹੜੇ ਜਹਾਂ ਤੱਕ ਉਡੇਕ ਅਤੇ ਮਹਿਸੂਸ ਥੀਂਦਾ ਪਿਓ ਅਤੇ ਇਵੇਂ ਲੱਗਦਾ ਉਹ ਕਬਰ ਬੜੀ ਪਿਓ ਠੀਕ ਹੈ ਇਹ ਪੁਰਾਣੇ ਜ਼ਮਾਨੇ ਜੇ ਮੁਜਸਮੇ ਬਣੇ ਨਾ ਬੁੱਤ ਵਗੈਰਾ ਹੀ ਵਾਸਤੇ ਇੱਥੇ ਗਰੀ ਹੋਏ ਚੀਜ਼ਾਂ ਹੁਣ ਪਏ ਬਾਕੀ ਇੱਥੋਂ ਵੀ ਤੁਸੀਂ ਡੇਗੀ ਨੂੰ ਸਾਹਮਣੇ ਬਾਹਰੋਂ ਨਿਕਲ ਤੱਕ ਮਜ਼ੀਦ ਜਿਹੜੇ ਨਾ ਇਹਦੀ ਚੌ ਦੀਵਾਰੀ ਵੀ ਡਿਹਾ ਜਿਹਨੇ ਨਾ ਇਹ ਰੇਖੋ ਇਹ ਹਿੰਦੀ ਚੌ ਦੀਵਾਰੀ ਹੈ ਸਾਹਮਣੇ ਤਾਂ ਬਿੰਚਾ ਵਗੈਰਾ ਹੀ ਪੈਣ ਬਹਾਉਣ ਵਾਸਤੇ ਡਿੱਗਦੇ ਪਏ ਉਸ ਇਹਦਾ ਇੱਕ ਬਿਹਾਰ ਰਸਤਾ ਹੈ ਮੇਰੇ ਖਿਆਲ ਇੱਥੋਂ ਇਹਨਾਂ ਦਾ ਦਰਵਾਜ਼ਾ ਮੇਨ ਇੰਟਰੈਸ ਜਿਹੜਾ ਜੰਗਲ ਤੋਂ ਵੇਂਦਾ ਇੱਥੋਂ ਅਗਰ ਵੀ ਡੇਗੀ ਨੂੰ ਤੁਸੀਂ ਇਹ ਬਾਕੀ ਬਿਆਹ ਕਸ਼ਾ ਕਿ ਨਹੀਂ ਇਹਦਾ ਰਸਤਾ ਡੇਗੀ ਨੂੰ ਨਾ ਹਿੰਦੇ 'ਚ ਅਗਰ ਜੂ ਹੀ ਪਾਸ ਹੋ ਨਾ ਤੁਸੀਂ ਭਲਾ ਸਾਹਮਣੇ ਤੱਕ ਉਹ ਸੀਨ ਲੱਗ ਸਕ ਹੁਣ ਲਾਹੁੰਦੋ ਤਲੇ ਤਲੇ ਡੁੱਲਦੇ ਤੱਕ ਉਡੀਖਿਆ ਨਾ ਬਾਕੀ ਜਿਹੜੇ ਉੱਤੇ ਹਿੰਦੇ ਸੀਨ ਹਨ ਉਹ ਖਤਮ ਥੀ ਗਏ ਤਲੇ ਡੁੱਲਦੋ ਤਲੇ ਬਾਕੀ ਜਿਹੜਾ ਥੋੜ੍ਹੇ ਜਿਹਾ ਬਾਕੀ ਸੀਨ ਹਨ ਉਹ ਵੀ ਐਕਸਪਲੋਰ ਕਰਨ ਨਾਲ ਦਿੰਦਾ ਬੈਗ ਦੇ ਵਿੱਚ ਨਾ ਜਿਵੇਂ ਕਿ ਤੁਹਾਨੂੰ ਪਤਾ ਮੇਰਾ ਖਾਣ ਪੀਣ ਦਾ ਸਮਾਨ ਹੁੰਦਾ ਮੈਂ ਕਿਤੇ ਟਰੈਵਲ ਕਰਦਾ ਨਾ ਥੋੜ੍ਹੇ ਚੀਜ਼ਾਂ ਹੁੰਦੀਆਂ ਖਾਣ ਦੇ ਕੇ ਤੱਕ ਬੁੱਕ ਸ਼ੁੱਕ ਲੱਗੇ ਨਾ ਤੁਹਾਡਾ ਨਿਜ਼ਾਮ ਹੋਏ ਡਿੱਗਦੇ ਪਏ ਇਹਦੇ ਵਿਟਾਮਿਨ ਵਗੈਰਾ ਪਾਣੀ ਹੈ ਬਿਸਕੁਟ ਨਾਲ ਸੇਬ ਹਨ ਅੱਛਾ ਜੇ ਤੱਕ ਨਾ ਇਹ ਕੇਲੇ ਕੋ ਵੱਟ ਕਰੇ ਤੂੰ ਨਾਲ ਪਾਣੀ ਹੈ ਥੋੜ੍ਹਾ ਜਿਹਾ ਹਾਂ ਤੇ ਤੁਹਾਨੂੰ ਮਿਲਦਾ ਅੱਛਾ ਜੰਗਲ ਦੇ ਵਿੱਚ ਨਾ ਜਿੱਥੇ ਹੀ ਬਣਾਓ ਤੁਸੀਂ ਖਾਣ ਪੀਣ ਦਾ ਸਮਾਨ ਲਾਜ਼ਮੀ ਹੋਵੇ ਪਿਆ ਅੱਛਾ ਹੁਣ ਜੁਲਦੇ ਸਾਹਮਣੇ ਇੱਥਾ ਅਗਰ ਤੱਕ ਮੈਂ ਸੀਨ ਦਿਖਾਉਣਾ ਇਹਦੇ ਕੋ ਅਗਰ ਜੰਗਲ ਹੈ ਜਾਏ ਨਾ ਬਾਹਾਂ ਦੇ ਤੱਕ ਜਹੀ ਮਿਲ ਵੇ ਸਨ ਕਾਠੀਆਂ ਦੇਖੋ ਕਿਤਨਾ ਕੱਪਿਆ ਪੈਣ ਲੈ ਕੇ ਕਹੀਂ ਦੀ ਜ਼ਰੂਰਤ ਕਹਿਣੀ ਇਹ ਸਾਹਮਣੇ ਤੁਸੀਂ ਦੇਖੋ ਜੇ ਪਠਾਨ ਪਾਕਿਸਤਾਨ ਦੇ ਵਿੱਚ ਨਾ ਉਹ ਟਰਾਲੇ ਭਰ ਭਰ ਵੇਚੇ ਦੇਣ ਖੈਰ ਹੁਣ ਇਹਦਾ ਇਹ ਕਸੂਰ ਕਹਿਣੀ ਜੇ ਤਾਂ ਗਵਰਨਮੈਂਟ ਇਨਵੋਲਵ ਨਾ ਹੋਵੇ ਅਤੇ ਸਾਹਮਣੇ ਜੁਲਦੇ ਆਖਰੀ ਪੁਆਇੰਟ ਉਹ ਤਾਂ ਉੱਡੀਖੇ ਤਾਂ ਅੱਛਾ ਇਹ ਲੈਂਦੇ ਨੇ ਸੇਫਟੀ ਵਾਸਤੇ ਇਹ ਜਿਹੜੇ ਕਾਠੀ ਲੱਗੀ ਪਈ ਵੀ ਬੰਦਾ ਕੋਈ ਡਹਿ ਨਾ ਇਹ ਜਿਹੜੀ ਡਿੱਗਦੇ ਪਏ ਰੇਲ ਦੀ ਪਟੜੀ ਵਾਂਗੂ ਬੜੀ ਵੀ ਲੈ ਕੇ ਨਾਲੀ ਬੜੀ ਪਈ ਜਿਹੜਾ ਪਾਣੀ ਹੀਂਦੇ ਉਹ ਤੋਂ ਆਉਂਦੇ ਸਾਹਮਣੇ ਅਤੇ ਉਹ ਵੀ ਤਲੇ ਬਣੇ ਵੀ ਇੱਥੇ ਅਗਰ ਰੁਕੇ ਨਾ ਵੈਸੇ ਹੀ ਪਹਾੜ ਨਹੀਂ ਤਾਂ ਰੁਕਣ ਦੀ ਜ਼ਰੂਰਤ ਹੈ ਲੇਕਿਨ ਬਲਾ ਵੀ ਹੁਣੇ ਰਸਤਾ ਬੜਾ ਖੜਾ ਹੈ ਅੱਛਾ ਇੱਥੇ ਥੀਂਦਾ ਬਈ ਕੰਮ ਮੇਰੇ ਕੋਲ ਰਸਤਾ ਨਹੀਂ ਲੱਭਦਾ ਮੈਪ ਦੇਖਣਾ ਪੋਸੀ ਇੱਥੋਂ ਕਰਨਾ ਨਾ ਮੇਰੇ ਖਿਆਲ ਇਡੋ ਨਾ ਮਾਸੀ ਕੁੱਤਰੇ ਕੋ ਛਿੱਕੇ ਉਹਦੀਆਂ ਅੱਛਾ ਇੱਥੋਂ ਮੈਂ ਮਰੇ ਨਾ ਸ਼ਾਰਟਕੱਟ ਹੈ ਜਿਹੜੇ ਡੇਦੇ ਪਏ ਰਸਤੇ ਇਹ ਕੰਮ ਕਰਨ ਦੇ ਬਣੀ ਤਾਂ ਮਜ਼ਦੂਰ ਵੀਰਾ ਡਿੱਗਦੇ ਪਏ ਇਹ ਹੁਣ ਮੈਂ ਸ਼ਾਰਟਕੱਟ ਨਹੀਂ ਰਸਤੇ ਤੋਂ ਉੱਥੋਂ ਨਿਕਲ ਕੇ ਸਾਹਮਣੇ ਉੱਥੋਂ ਟਾਵਰ ਦੇ ਵਿੱਚ ਅੱਛਾ ਇਹ ਨਾ ਕੋਈ ਫਰੂਟ ਦਾ ਦਰਖਤ ਹੈ ਇੱਥੇ ਕਰਨਾ ਇਹ ਜਿਹੜੇ ਡਿੱਗਦੇ ਪਏ ਤਕਰੀਬਨ ਐਪਲ ਜਾਂ ਹਿੰਦੇ 'ਚ ਮੈਂਗੋ ਵਗੈਰਾ ਅਤੇ ਮੈਂਗੋ ਤਾਂ ਇੱਥੇ ਖੈਰ ਘੱਟ ਹੈ ਹਿੰਦੇ 'ਚ ਔਰੇਂਜ ਵਗੈਰਾ ਜ਼ਿਆਦਾ ਹੁੰਦੇ ਨੇ ਅਤੇ ਬਲੂ ਬੈਰੀ ਥੀਗੀ ਸਟੋਬਰੀ ਥੀਗੀ ਇਹਨਾਂ ਚੀਜ਼ਾਂ ਦੇ ਇੱਥੇ ਅਗਰ ਜ਼ਿਆਦਾ ਰੁਝਾਨ ਹੈ ਸਭ ਤੋਂ ਜ਼ਿਆਦਾ ਜਿਹੜਾ ਇੱਥੇ ਥਿਆ ਵੇਂਦੇ ਨਾ ਉਹ ਥਿਆ ਵੇਂਦੇ ਅੱਲਾ ਤੁਹਾਡੀ ਜ਼ਿੰਦਗੀ ਰੱਖੇ ਅਖਰੋਟ ਅਖਰੋਟ ਦੇ ਜਿਹੜਾ ਨਿਜ਼ਾਮ ਹੈ ਉਹ ਬਹੁਤ ਜ਼ਿਆਦਾ ਹੈ ਅੱਛਾ ਮੈਂ ਵਣ ਹੀ ਟਾਵਰ ਦੇ ਉੱਤੇ ਜਿਹੜਾ ਸਾਹਮਣੇ ਲਿਖਦੇ ਪੋ ਚਾਚਾ ਮੈਂ ਖੜਾ ਤਾੜੀ ਬਲੇਕ ਹੋਣਾ ਗਏ ਅੱਛਾ ਇਹੋ ਜਿਹੇ ਨਾ ਚੀਜ਼ਾਂ ਹੁੰਦੇ ਨੇ ਲੇਕਿਨ ਥਿਆ ਬੰਦ ਪਏ ਜਿਹੜਾ ਡਿੱਗਦੇ ਪੋ ਦਰਵਾਜ਼ਾ ਇਹਦਾ ਜਿਹੜਾ ਕੰਮ ਥੀ ਨਾ ਪਹੂੰ ਸਾਈਡ ਤੋਂ ਜਿੰਦੂ ਅੱਗੂ ਤੇ ਇਹ ਡਿੱਗਦੇ ਪੋ ਇਹ ਬਾਲੇ ਦੇ ਝੂਟਣ ਵਾਸਤੇ ਨਾ ਫਿਰਦਾ ਕਹਿ ਨਹੀਂ ਲੱਗੇ ਜਿਹਦੇ ਬਾਲ ਪਏ ਹੁੰਦੇ ਨੇ ਉੱਤੇ ਚੜ੍ਹਦੇ ਨੇ ਕੁੱਤਾ ਮੇਰੇ ਕੋਲ ਤਾਲੀ ਖੜੇ ਮੈਂ ਕੁੱਤੇ ਕਹਿੰਦੇ ਡਰ ਲੱਗਦਾ ਇੱਥੇ ਪੱਟੇ ਨਾ ਲੱਗਣ ਪੱਟੇ ਦੇ ਗਏ ਨਹੀਂ ਪੱਟੇ ਨਹੀਂ ਸਹੀ ਜਿਹਦੇ ਸਾਰ ਕਹਿ ਨਹੀਂ ਹੁੰਦਾ ਚਾਚਾ ਵਾਂਗੂ ਬੈਠਾ ਵਾ ਠੀਕ ਹੈ ਕੁੱਤੇ ਉੜੇ ਦੇ ਪਿਓ ਸਾਹਮਣੇ ਜੀ ਅੱਖੀ ਨੋਟ ਪੋ ਇਹ ਜਹਾ ਜਿੱਥੇ ਮੈਂ ਤਾਂ ਗਹਿਣ ਤੇ ਆਉਣਾ ਵਾ ਮਾਹੌਲ ਦੇਖੋ ਮਾਸ਼ਾਲਾ ਸੋਹਣਾ ਲੱਗਦਾ ਪਾ ਕਹਿੰਦਾ ਹੀ ਖੁਸ਼ੀ ਦੇ ਵਿੱਚ ਵਿਰਾਹ ਕੋ ਨਾ ਵਨ ਅਤੇ ਵਿਰਾਹ ਦੀ ਵੀਡੀਓ ਸ਼ੇਅਰ ਕੀਤੀ ਕਰੋ ਚਲੋ ਕਮੈਂਟਸ ਮਮੈਂਟਸ ਹੀ ਕੀਤੇ ਕਰੋ ਅਤੇ ਇਹ ਸੀਨ ਹੋਣੀ ਦੇ ਉੱਤੇ ਚੜ੍ਹ ਤੱਕ ਲਿਖੇ ਨਾ ਅੱਛਾ ਹੁਣ ਮੈਂ ਤਾਂ ਗਹਿਣ ਜੁਲਦਾ ਉੱਤੇ ਹੀ ਨੇ ਉੱਤੇ ਜੁਲਦੇ ਤਾਂ ਉੜੀ ਕਹਿੰਦਾ ਕਿਆ ਕਿਆ ਸੀਨ ਹੈ ਬਾਕੀ ਮੇਰੇ ਬੈਕ ਸੀਟ ਤੋਂ ਡੇਦੇ ਪਏ ਕਿਤਨੀ ਸੋਹਣਾ ਟਾਵਰ ਇਹੋ ਜਿਹੀਆਂ ਚੀਜ਼ਾਂ ਹੁੰਦੇ ਜੰਗਲ ਦੇ ਵਿੱਚ ਸਭ ਤੋਂ ਪਹਿਲੇ ਹੀ ਦਾ ਡੋਰ ਹੈ ਇਹ ਵਾਲਾ ਲੇਕਿਨ ਖੁੱਲ੍ਹਦਾ ਕਹਿੰਦਾ ਉਹ ਸੀ ਤਕਰੀਬਨ ਲੋਕ ਥਿਆ ਪਿਆ ਇਹ ਹੀ ਦੇ ਵਿੱਚ ਨਾ ਬਾਕੀ ਸਿਸਟਮ ਹੈ ਉਹ ਬੰਦ ਥਿਆ ਵਾ ਨਾ ਹੁਣ ਅੱਛਾ ਹੁਣ ਮੈਂ ਤਾਂ ਗਿੱਧੀ ਜੁਲਦਾ ਹਿੰਦੇ ਉੱਤੇ ਜਿਵੇਂ ਕਿ ਤੁਸੀਂ ਡਿੱਠਾ ਹੋ ਸੀ ਹਿੰਦੀ ਉੱਤੇ ਜੁਲਦਾ ਘੁੰਮਦੋ ਵੀ ਕਿਆ ਚੱਕਰੇ ਪਹਿਲੇ ਹੀ ਨਾ ਇਹ ਡੇਗੀ ਨੂੰ ਡੋਰ ਬੜੇ ਹੋਏ ਨਾ ਜਿਵੇਂ ਦੇ ਵਿੰਡੋ ਵਗੈਰਾ ਮੇਰੇ ਖਿਆਲ ਇਹ ਛੋਟਾ ਜਿਹਾ ਨਾ ਚਰਚ ਇਹਨਾਂ ਦਾ ਇਹ ਹਿੰਦੇ ਸੀੜੀਆਂ ਤੱਕ ਪੁੱਤਾ ਜਿਵੇਂ ਨਾ ਇੱਥੇ ਅਗਰ ਛੋਟੇ ਛੋਟੇ ਰਸਤੇ ਬੜੇ ਪੈਣ ਹਿੰਦੇ ਪੁਰਾਣੇ ਜ਼ਮਾਨੇ ਦੇ ਪਤਾ ਨਹੀਂ ਹੁਣ ਇਹ ਕਿਤਨਾ 100 ਸਾਲ ਪੁਰਾਣਾ ਕਿਉਂਕਿ ਇੱਥੇ ਜਿਹੜੀ ਚੀਜ਼ ਹੈ ਨਾ ਇਹ ਹਜ਼ਾਰ ਸਾਲ
ਜਾਂ 100 ਸਾਲ ਜਾਂ ਹੁਣ ਤੋਂ ਜ਼ਿਆਦਾ ਨਾ 500 700 200 2000 ਸਾਲ ਹੀ ਹਿਸਾਬ ਦੇ ਹੁੰਦੇ ਨੇ ਇਹਦੇ ਕੋਲ ਅਸੀਂ ਤਾਂ ਰਸਤਾ ਬੜਿਆ ਵਾ ਟੁਰਨ ਦਾ ਬਾਕੀ ਸਾਹਮਣੇ ਤਾਂ ਜੰਗਲ ਲੱਗਦਾ ਪਿਓ ਸੀ ਉਹ ਸੋਰੀ ਡਿੱਸਦਾ ਪਿਓ ਸੀ ਡਿੱਗਦੇ ਹਾਂ ਇਹ ਨਿਜ਼ਾਮ ਹੈ ਬਾਬਾ ਜੀ ਯੂਰਪ ਦੇ ਵਿੱਚ ਨਾ ਜੰਗਲ ਦੇ ਵਿੱਚ ਮੇਰੇ ਕੋਲ ਹੀ ਵਾਸਤੇ ਨਾ ਹੈਕਿੰਗ ਕਰਨ ਦਾ ਸ਼ੌਕ ਹੈ ਅਤੇ ਮੈਂ ਨਿਕਲ ਆਉਂਦਾ ਸ਼ਹਿਰ ਦੀ ਜਿਹੜਾ ਨਾ 25 ਦੀ ਗਿਆ ਸ਼ਹਿਰ ਦੇਖ ਦੇਖ ਦੁਬਈ ਰਹਿ ਗਿਆ ਮੈਂ ਢੇਰ ਸਾਰੇ ਮੁਲਕ ਨਹੀਂ ਗਿਆ ਲੇਕਿਨ ਜੰਗਲ ਦੇ ਜਿਹੜੇ ਆਪਣਾ ਚਾਸ ਨਾ ਆਪਣੀ ਵੇ ਇਹ ਹਿੰਦੇ ਵਾਲਾ ਸੀੜਿਆ ਨਹੀਂ ਇੱਥੋਂ ਕਰੇ ਨਾ ਡਿੱਗਦੇ ਬਸੋ ਹਲੇ ਇਹ ਡਿੱਗਦੇ ਬਸੋ ਇੱਥੋਂ ਵੀ ਇਹ ਇੱਕ ਰਸਤਾ ਇੱਥੋਂ ਵੀ ਹੈ ਨਾ ਤਲੇ ਲਾਉਣ ਦੇ ਵੇਲੇ ਘੁੰਮਦੀ ਵੀ ਹੈ ਨਾ ਤਾਂ ਕੋਈ ਦਿਖਾਣਾ ਇਹਦੇ ਦੇਖੋ ਇਹ ਹਾਲ ਹੈ ਬੋਲਡੁਲ ਤੋਂ ਅੱਗੋਂ ਅਤੇ ਬਾਕੀ ਥੋੜ੍ਹੇ ਜਿਹਾ ਬਾਕੀ ਸੀਨ ਹੈ ਉਹ ਵੀ ਡਿੱਗ ਦੂੰ ਅਗਰ ਹਿਨ ਐਕਸਪਲੋਰ ਕਰੇ ਨੂੰ ਜਾਂ ਤੁਹਾਡਾ ਵੀਡੀਓ ਇੱਥੇ ਕਰੇ ਐਂਡ ਬਾਕੀ ਜਿਹੜੇ ਨਾ ਅੱਲਾ ਖੈਰ ਕਰੇ ਇਨਸ਼ਾ ਅੱਲਾਹ ਤੁਹਾਨੂੰ ਵੀਡੀਓ ਡੇ ਟੂ ਡੇ ਮਿਲਦੇ ਰਹੇ ਅਸੀਂ ਡੇਲੀ ਬੇਸਿਸ ਦੇ ਉੱਤੇ ਵੀਡੀਓ ਮੈਂ ਦੋ ਇਤਨਾ ਇਨਕੇ ਹੱਥ ਕਿ ਜ਼ਿਆਦਾ ਚੇ ਰਹਿ ਮੈਂ ਤਾਂ ਅੱਗੇ ਤੇ ਜੁੜਦਾ ਪੁਆਇੰਟ ਨੰਬਰ 6 ਦੇ ਉੱਤੇ ਪੁਆਇੰਟ ਨੰਬਰ 6 ਵਾਸਤੇ ਥੋੜ੍ਹੇ ਮੈਂ ਗੋਲਣਾ ਪੋਸੀ ਤਲੇ ਅੱਛਾ ਮੈਂ ਪੁੱਜਣ ਵਾਲਾ ਪੁਆਇੰਟ ਨੰਬਰ 4 ਦੇ ਉੱਤੇ ਜਿਵੇਂ ਰਸਤੇ ਤੁਹਾਡੇ ਇੱਥੇ ਉੱਥੇ ਕਿਵੇਂ ਖਤਰਨਾਕ ਹੈ ਨਾ ਇਹ ਸੀੜੀਆਂ ਬੜੇ ਪੈਣ ਹਾਲਾਂਕਿ ਡਿੱਸਦੇ ਹੈਗੇ ਨਾ ਪਿਓ ਸੰਤਾ ਕੋਲ ਜਿਹੜੀਆਂ ਸੀੜੀਆਂ ਸਾਹਮਣੇ ਇਹ ਖੜੇ ਨਹੀਂ ਦਾ ਉਹ ਬਹੁਤ ਬਹੁਤ ਮੀਨ ਜਿਹੜੇ ਇੰਨੇ ਅਤੇ ਟੈਂਪਲ ਵਗੈਰਾ ਬੜੇ ਖੜੇ ਨੇ ਪੁਰਾਣੇ ਇੱਥੋਂ ਲੈ ਤਾਂ ਤੁਹਾਡੀ ਖੇਡਾਂ ਇਹਦੇ ਫਰੰਟ ਸਾਈਡ ਤੋਂ ਅੱਛਾ ਇਹ ਉਹ ਇੰਨੇ ਦਾ ਜਿਹੜਾ ਨਾ ਟੈਂਪਲ ਜਿਹੜੇ ਇੰਨੇ ਦਾ ਸਟੈਚੂ ਬੜੇ ਖੜੇ ਹੁੰਦੇ ਡਿੱਗਦੇ ਪਿਓ ਸਾਹਮਣੇ ਜਿਹੜੇ ਇੰਨੇ ਦੇ ਸਟੈਚੂ ਬੜੇ ਖੜੇ ਹੁੰਦੇ ਨਾ ਇਹ ਦੇਖੋ ਜਿਹਨੀ ਕਰੋਸ ਦਾ ਨਿਸ਼ਾਨੀ ਚੀ ਖੜੇ ਦਾ ਬਾਕੀ ਮੂੰਹ ਬੱਤੀਆਂ ਰੱਖੀਆਂ ਨਹੀਂ ਇਹਦੇ ਉੱਤੇ ਇੱਥੇ ਲੋਕ ਕਹਿੰਦੇ ਮੂੰਹ ਬੱਤੀਆਂ ਬਾਲ ਲੈਂਦੇ ਜਿਵੇਂ ਲੈਂਪ ਰੱਖੇ ਤੱਕ ਰਹੇ ਹਾਂ ਅਤੇ ਬਾਕੀ ਇਹ ਦੇਖੋ ਇਹਦੀ ਮੋਮਬੱਤੀ ਬੱਲੀ ਰੱਖੀ ਸਾਹਮਣੇ ਪਾਣੀ ਹੈ ਇਹ ਮੇਨ ਰੋਡ ਹੈ ਹੀਂਦੇ ਬਿਲਕੁਲ ਨਾ ਇਹ ਪੁਆਇੰਟ ਸਾਹਮਣੇ ਖੜੇ ਡਿੱਗਦੇ ਪੋਸ ਹਾਂ ਅੱਛਾ ਹੁਣ ਹੀਂਗ ਦੇ ਕਰਨੇ ਠੀਕ ਹੈ ਨਿਜ਼ਾਮ ਖਤਮ ਸਾਹਮਣੇ ਜੁੜਦੇ ਪੁਆਇੰਟ ਨੰਬਰ 5 ਦੇ ਉੱਤੇ ਪਾਣੀ ਦੇ ਵਿੱਚ ਮੇਰੇ ਕੋਲ ਲੱਗਦਾ ਜਿਵੇਂ ਮਾਸੀ ਮੱਛੀ ਮਰੇ ਨਹੀਂ ਖੜੀ ਹੈ ਨਾ ਇਹ ਖੜੇ ਤਾਂ ਡੂ ਜਣਿਆ ਜਾਂ ਬਾਏ ਬਦਕੇ ਕੋ ਕਿਸੇ ਸੱਟੇ ਨੇ ਖੜੇ ਸਾਹਮਣੇ ਜੁੜਦੇ ਜੁਲਦੂ ਨਾਲ ਜੁੜਦੇ ਲਿਖਿਆ ਨਾ ਤੁਹਾਨੂੰ ਅੱਛਾ ਇੱਥੇ ਪਿਕਨਿਕ ਵੀ ਥੀਂਦੀ ਪੇ ਡਿੱਗਦੇ ਪੋ ਨਾ ਇਹ ਪੁਆਇੰਟ ਨੰਬਰ 5 ਇਹ ਸਾਹਮਣੇ ਜਿਹੜੇ ਮਾਸੀ ਤੌੜੀ ਕੈਂਪਰੇ ਕਰਨੇ ਇਹ ਨੋ ਬਦਕਾਂ ਹੀਂਦੇ ਡਿਆਲ ਕੁੱਕਣੀ ਵਧਣ ਇਹ ਵਾਲੀ ਡਿਆਲ ਕੁੱਕੜੇ ਬੱਚੇ ਨਾਲ ਹੀ ਵਧਣ ਹੀਂਦੇ ਡਿੱਗਦੇ ਪੋ ਬੱਚੇ ਹੀ ਵਧਣ ਛੋਟੇ ਛੋਟੇ ਬੱਚੇ ਵਧੇ ਹੀ ਨਾਲ ਬੱਚੇ ਮਾਸ਼ਾਅੱਲਾ ਡੇਣੀ ਵੀ ਹੈ ਇਹ ਡਿਆਲ ਕੁਕਟ ਜੇ ਮੁਰਗਾ ਵੀ ਸੜੇ ਨਾ ਇਹਨੇ ਬੱਚੇ ਵਧਣ ਵੇ ਅਤੇ ਮਾਸੀ ਹੈ ਜਿਹੜੀ ਮੇਰੇ ਖਿਆਲ ਕੋਰੀਆ ਦੀ ਲੱਗਦੀ ਪਈ ਅੱਛਾ ਇਹਨਾਂ ਦੀ ਜਾਵੇ ਇਤਨਾਮ ਦੀ ਅਸੀਂ ਅੱਛਾ ਯਾਰ ਮੱਛੀਆਂ ਢੇਰ ਮਰਿਆ ਪੈਣ ਹੀ ਚਿਹਰੇ ਦੇਖੋ ਇਹ ਕੇ ਪਈ ਹੈ ਵੀ ਇਹ ਅਤੇ ਵੀ ਉਹ ਸਾਹਮਣੇ ਇਵੇਂ ਢੇਰ ਸਾਰੇ ਹਨ ਪਤਾ ਨਹੀਂ ਕਿਆ ਚੱਕਰੇ ਕੋ ਕੁਛ ਸੱਟ ਗਏ ਹੁੰਦੇ ਸਮੇਂ ਤੋਂ ਬਾਹਰ ਕੰਮ ਪੁਆਇੰਟ ਨੰਬਰ 5 ਤੋਂ ਪਤਾ ਬਿਰਾ ਤਰ੍ਹਾਂ ਗੁਲੇਂਦੇ ਹੁਣ ਆ ਗਏ ਜੰਗਲ ਦੇ ਵਿੱਚ ਹੁਣ ਸਮੇਂ ਨਹੀਂ ਆਉਂਦੀ ਵੀ ਕਿੱਥੋਂ ਬਣਿਆ ਮੈਂ ਇਹ ਦੇਖੋ ਦਰਖਤ ਮਰਖਤ ਕਿਤਨਾ ਲੰਬੇ ਹਨ ਝਾੜ ਹਨ ਮੈਪ ਮੇਰੇ ਕੋਲ ਇੱਥੇ ਹੀ ਛੋੜ ਲਈ ਤਾਂ ਲੋਕੇਸ਼ਨ ਨੂੰ ਦੱਸਿੰਦਾ ਪਈ ਡੋ ਇਹਦੇ ਵਿੱਚ ਮੈਂ ਰਸਤਾ ਗੁਲੇਂਦਾ ਕੋਈ ਸ਼ਾਰਟਕਟ ਮਤਾ ਬਣਿਆ ਇਹ ਬਾਬਾ ਜੀ ਹਾਲ ਹੈ ਇਹੀ ਵਾਸਤੇ ਤਾਂ ਜੰਗਲ 'ਚ ਆਉਣਾ ਤਾਂ ਕੋਈ ਇਹੋ ਜਿਹਾ ਦਰਖਤ ਦੇਦੇ ਪਿਓ ਚੀਜ਼ਾਂ ਮੈਪ ਤੁਹਾਨੂੰ ਹੋਏ ਪਿਆ ਲਾਜ਼ਮੀ ਤੁਹਾਨੂੰ ਇੰਟਰਨੈਟ ਵੀ ਲਾਜ਼ਮੀ ਹੋਣਾ ਚਾਹੀਦਾ ਠੀਕ ਹੈ ਇਹ ਖਤਰਨਾਕ ਰਸਤੇ ਤੋਂ ਮੈਂ ਪਹਿਲਾਂ ਬਿਸਮਿਲਾ ਪੜਤਾ ਇਹ ਦੇਖੋ ਇਹ ਇਵੇਂ ਹਨ ਹਾਲ ਇੱਥੋਂ ਦੇ ਲੇਕਿਨ ਲੱਗਦਾ ਹੀ ਮੈਂ ਥੋੜ੍ਹਾ ਜਿਹਾ ਉੱਤੇ ਡੁੱਲਦਾ ਸ਼ਾਇਦ ਮੇਰੇ ਕੋਲ ਮਿਲ ਮੈਨੇ ਇਹ ਤਾਂ ਉਰੀ ਹਾਲ ਯਾਰ ਘਰ ਹੀ ਹੋ ਜਾ ਨਾ ਇਹ ਬੜਾ ਰੱਖੇ ਨਾ ਫੂਡ ਵਾਸਤੇ ਨਾ ਸਰਦੇ ਵਾਸਤੇ ਰੱਖੇ ਨਾ ਨਹੀਂ ਤਾਂ ਵੀ ਸਰਦੇ ਹੋਣਾ ਜਿਹੜਾ ਹੀਨੇ ਦਾ ਬਾ ਬਰਡਸ ਵਗੈਰਾ ਨਾ ਜਿਹੜੇ ਪਰਿੰਦੇ ਉਹ ਖਾਣੇ ਉਹ ਖਾਵੇ ਨਾ ਕਾਠੀਆਂ ਮਾਰਦੇ ਕੋਈ ਰੱਗ ਬਲੀ ਚਾਵੇ ਕੋਈ ਨਾ ਇਹ ਦੇਖੋ ਬਾਬਾ ਜੀ ਇੱਥਾਂ ਕਰ ਨਾ ਇਹ ਹਾਲ ਹੈ ਨਾ ਪੱਧਰ ਦੇ ਨਿੱਕੇ ਲਿਆ ਮੈਂ ਹੁਣ ਇੱਥੋਂ ਮੇਰੇ ਕੋਲ ਰਸਤਾ ਗੋਲਣਾ ਪੋ ਸੀ ਹਾਂ ਸਾਹਮਣੇ ਮੇਰੇ ਖਾਲੇ ਇਹ ਆ ਗਿਆ ਰੋਡ ਹੁਣ ਮੈਂ ਰੋਡ ਦੇ ਨਿੱਕੇ ਲਿਆ ਹਾਂ ਇਹ ਰੋਡ ਸਾਹਮਣੇ ਵਾਲਾ ਪੁਆਇੰਟ ਉੱਥੇ ਉੱਥੇ ਦੇਖ ਦੋ ਕਿਆ ਚੱਲਦਾ ਪਿਆ ਉਹਦੇ ਬਾਅਦ ਮੇਰੇ ਕੋਲ ਵੀਡੀਓ ਕਰੇ ਸੋ ਟਾਈਮ ਜ਼ਿਆਦਾ ਠੀਕ ਹੈ ਅੱਛਾ ਇਹ ਵਾਲੀ ਉਹ ਜਾ ਹੈ ਜਿਹੜੇ ਤੁਸੀਂ ਆਓ ਨਾ ਜੰਗਲ ਦੇ ਵਿੱਚ ਤਾਂ ਲਾਜ਼ਮੀ ਤੁਹਾਡੇ ਨਾਲ ਪਾਣੀ ਸਮਾਨ ਖਾਣ ਪੀਣ ਦਾ ਹੋਵੇ ਤੁਸੀਂ ਸਰਵਾਈਵ ਕਰ ਸਕੋ ਅਗਰ ਕੋਈ ਡੋਡੇ ਥੀ ਵੇ ਘੰਟਾ ਦੇ ਬਸ ਇਹੋ ਜਿਹਾ ਪੁਆਇੰਟ ਹਨ ਬਸ ਇਹ ਤਾਂ ਕਸ਼ ਹੈਗਾ ਨਾ ਥੋੜ੍ਹੇ ਜਿਹਾ ਪੁਰਾਣੇ ਹੁੰਦੇ ਨਾ ਇੱਕ ਦੇ ਪਿਓ ਨਾ
ਬਸ ਇਵੇਂ ਇਹ ਮੇਰੇ ਖਿਆਲ ਹਿੰਨੇ ਦੇ ਕੋਈ ਉਹ ਬਣਿਆ ਖੜਿਆ ਚਰਚ ਹੈ ਪੁਰਾਣੇ ਜ਼ਮਾਨੇ ਦਾ, ਇੱਥੋਂ ਕਿਨੇ ਤੌੜੀ ਖਾਲੀ ਦੀ ਬੈਕ ਸਾਈਡ ਤੋਂ ਸਾਰਾ ਇਹਦਾ ਜਿਹੜਾ ਸੀਨ ਹੈ ਨਾ ਇਹ ਦੇਖੋ ਵਿਆਹ ਕਸ਼ਾ ਕਹਿਣੀ। ਬਸ ਇਹ ਛੋਟੇ ਛੋਟੇ ਜਿਹੜੇ ਪੁਆਇੰਟ ਨਾ ਹੀ ਵਾਸਤੇ ਮੈਂ ਕਿਹਾ ਤੌੜੀ ਖਾ ਲਈਆਂ ਨੇ ਦੇਖੋ ਇਹ ਆਮਾਮ ਵੀ ਵਧੀਆ, ਬਾਕੀ ਇਡੋ ਜੇ ਰਹਿਣਾ ਸਾਰਾ ਜੰਗਲ ਹੈ ਵਾਲਾ। ਚਾਚਾ ਆਪਣੇ ਬਾਲ ਕੁੱਗੀ ਦੀ ਵੀ ਨਾਲ ਰੇੜੀ ਦੇ ਉਹਦੇ ਲਿਹਦੇ ਪੋ ਜਿਹੜੀ ਬਾਲਿਆਂ ਲਈ ਹੁੰਦੇ ਮਤਾਓ ਵੀ ਸਮਝੋ। ਅਦਾ ਵੀਡੀਓ ਕਰਨ ਦੇ ਖਤਮ ਕਿਉਂਕਿ ਮੇਰੀ ਟ੍ਰੇਨ ਆ ਗਈ ਦੇਖੋ, ਮੈਂ ਖੜਾ ਟ੍ਰੇਨ ਸਟੇਸ਼ਨ 'ਤੇ ਵੇਂਦੇ ਪੋ ਘਰ ਘਰ ਵਾਹਨ ਤੇ ਇਨਸ਼ਾਅੱਲਾ ਵੀਡੀਓ ਤੁਹਾਡੇ ਐਡਿਟ ਕਰਦੇ ਅਪਲੋਡ ਕਰੇ ਤੁਸੀਂ ਬਸ ਦੱਸਦੇ ਰਹੋ, ਸਬਸਕ੍ਰਾਈਬ ਫੋਲੋ ਸ਼ੇਅਰ ਲਾਜ਼ਮੀ ਕਰੇ, ਕਮੈਂਟ ਸੀ ਕਰ ਗਈ ਨੇ ਪਿਆਰਾ ਸ਼ਾ ਅਤੇ ਆਖਰੀ ਮਾਹੌਲ ਹੀ ਡਿੱਗ ਨੋ ਇਹ ਟ੍ਰੇਨ ਕਹਿੰਦੇ ਜਦੋਂ ਵਿਰਾਹ ਦੁਆਰਾ ਘਿਰਦੇ ਅਤੇ ਵੀਡੀਓ ਮੈਂ ਇਹਦੀ ਬੰਦ ਪਿਆ ਕਰਨ ਸਮਝੀ।